ਇਫ ਜਿਹੜੀ ਹੈ ਨਾ ਜ਼ਿੰਦਗੀ ਉਹ ਸੌਖੀ ਨਹੀਂ ਕਿਸੇ ਲਈ ਵੀ ਸੌਖੀ ਨਹੀਂ ਹੁੰਦੀ ਸੋ ਹਾਰ ਨਹੀਂ ਮੰਨਣੀ ਚਾਹੀਦੀ ਹੈ ਜੋ ਤੁਸੀਂ ਸੋਚਿਆ ਹੋਇਆ ਵੀ ਮੈਂ ਮਿਹਨਤ ਕਰੂੰਗਾ ਸਾਰਾ ਕੁਝ ਕਰੂੰਗਾ ਮਿਹਨਤ ਕਰੋ ਮਿਹਨਤ ਕਰੋਗੇ ਕਿਸੇ ਨਾ ਕਿਸੇ ਦਿਨ ਕੁਛ ਨਾ ਕੁਛ ਜ਼ਰੂਰ ਹੋਊਗਾ ਕਿਸੇ ਨਾ ਕਿਸੇ ਮਕਾਮ 'ਤੇ ਜ਼ਰੂਰ ਪਹੁੰਚੋਗੇ ਸ਼ੁਕਰਾਨਾ ਕੀਤਾ ਹੈ ਜੀ ਅਤੇ ਐਸਾ ਚਿਰ ਹੋ ਗਿਆ ਸੀ ਮੌਕਾ ਨਹੀਂ ਲੱਗਿਆ ਸੀ ਕਿ ਆਏ ਹਾਂ ਦਰਸ਼ਨ ਕਰਨ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਹਮੇਸ਼ਾ ਲੱਗਦਾ ਅਤੇ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਵੀ ਪਰਮਾਤਮਾ ਹੀ ਬੁਲਾਉਂਦਾ ਹੈ ਜਦੋਂ ਉਹ ਬੁਲਾਉਂਦਾ ਉਦੋਂ ਹੀ ਆਉਂਦਾ ਹੈ ਬੰਦਾ ਕਾਫੀ ਵਧੀਆ ਪ੍ਰੋਜੈਕਟ ਦਿੱਤੇ ਨੇ ਇੰਡਸਟਰੀ ਨੂੰ ਆਉਣ ਵਾਲੇ ਪ੍ਰੋਜੈਕਟ ਵਾਸਤੇ ਕੀ ਪਲੈਨਿੰਗ ਹੈ ਜਿਹੜੇ ਤੁਹਾਡੇ ਫੈਨਸ ਸੁਣਨਾ ਚਾਹੁੰਦੇ ਨੇ ਦੇਖਣਾ ਚਾਹੁੰਦੇ ਨੇ ਕਿਹੜੇ ਪ੍ਰੋਜੈਕਟ ਆਉਣ ਵਾਲੇ ਨੇ ਮੁੰਡੇ ਅਸਲ ਦੋ ਤਿੰਨ ਫਿਲਮਾਂ ਨੇ ਜੀ ਹਿੰਦੀ 'ਚ ਉਹ ਆਉਣਗੀਆਂ ਅਤੇ ਪੰਜਾਬੀ ਦੀ ਸ਼ੂਟਿੰਗ ਸਟਾਰਟ ਹੋਊਗੀ ਛੇਤੀ ਹੋਪਫੁਲੀ ਫਿਟਨੈਸ ਦਾ ਰਾਜ ਕੀ ਆ ਹੁਣ ਤੱਕ ਐਂ ਪੂਰਾ ਇੱਕਦਮ ਆਪਣੇ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਫਿਟਨੈਸ ਦਾ ਕੋਈ ਰਾਜ ਨਹੀਂ ਮਿਹਨਤ ਕਰੀ ਦੀ ਹੈ ਦੈਟਸ ਇਟ ਨੌਜਵਾਨਾਂ ਨੂੰ ਕੀ ਅਪੀਲ ਕਰ ਦਿੱਤੀ ਅੱਜ ਕੱਲ੍ਹ ਦਾ ਜੇ ਗੱਲ ਕਰੀਏ ਤਾਂ ਨਸ਼ਾ ਕਰਕੇ ਬਹੁਤ ਬੜੇ ਗਰਕ ਹੋ ਚੁੱਕੇ ਨੇ ਨਸ਼ਿਆਂ ਦੇ ਵਿੱਚ ਨੌਜਵਾਨ ਜਾ ਚੁੱਕੇ ਆ ਉਹਨਾਂ ਨੂੰ ਕਿਵੇਂ ਕੱਢਿਆ ਜਾਵੇ ਕਿਉਂਕਿ ਬਾਕੀ ਸਭ ਜਗ੍ਹਾ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਤੁਹਾਡੇ ਨੂੰ ਤੁਹਾਨੂੰ ਦੇਖ ਕੇ ਵੀ ਕਈ ਕਰਦੇ ਨੇ ਆਪਣੇ ਆਪ ਨੂੰ ਤਿਆਰ ਕੀ ਅਪੀਲ ਕਰਦੇ ਹੋ ਨੌਜਵਾਨਾਂ ਨੂੰ ਮੈਂ ਹਮੇਸ਼ਾ ਇਹ ਕਹਿੰਦਾ ਜੀ ਲਾਈਫ ਜਿਹੜੀ ਹੈ ਨਾ ਜ਼ਿੰਦਗੀ ਉਹ ਸੌਖੀ ਨਹੀਂ ਕਿਸੇ ਲਈ ਵੀ ਸੌਖੀ ਨਹੀਂ ਹੁੰਦੀ ਸੋ ਹਾਰ ਨਹੀਂ ਮੰਨਣੀ ਚਾਹੀਦੀ ਹੈ ਜੋ ਤੁਸੀਂ ਸੋਚਿਆ ਹੋਇਆ ਵੀ ਮੈਂ ਮਿਹਨਤ ਕਰੂੰਗਾ ਸਾਰਾ ਕੁਝ ਕਰੂੰਗਾ ਮਿਹਨਤ ਕਰੋ ਮਿਹਨਤ ਕਰੋਗੇ ਕਿਸੇ ਨਾ ਕਿਸੇ ਦਿਨ ਕੁਛ ਨਾ ਕੁਛ ਜ਼ਰੂਰ ਹੋਊਗਾ ਕਿਸੇ ਨਾ ਕਿਸੇ ਮਕਾਮ 'ਤੇ ਜ਼ਰੂਰ ਪਹੁੰਚੋਗੇ ਲਾਈਫ ਜਿਹੜੀ ਹੈ ਨਾ ਜ਼ਿੰਦਗੀ ਉਹ ਸੌਖੀ ਨਹੀਂ ਕਿਸੇ ਲਈ ਵੀ ਸੌਖੀ ਨਹੀਂ ਹੁੰਦੀ ਸੋ ਹਾਰ ਨਹੀਂ ਮੰਨਣੀ ਚਾਹੀਦੀ ਹੈ ਜੋ ਤੁਸੀਂ ਸੋਚਿਆ ਹੋਇਆ ਵੀ ਮੈਂ ਮਿਹਨਤ ਕਰੂੰਗਾ ਸਾਰਾ ਕੁਝ ਕਰੂੰਗਾ ਮਿਹਨਤ ਕਰੋ ਮਿਹਨਤ ਕਰੋਗੇ ਕਿਸੇ ਨਾ ਕਿਸੇ ਦਿਨ ਕੁਛ ਨਾ ਕੁਛ ਜ਼ਰੂਰ ਹੋਊਗਾ ਕਿਸੇ ਨਾ ਕਿਸੇ ਮਕਾਮ 'ਤੇ ਜ਼ਰੂਰ ਪਹੁੰਚੋਗੇ ਸ਼ੁਕਰਾਨਾ ਕੀਤਾ ਹੈ ਜੀ ਅਤੇ ਐਸਾ ਚਿਰ ਹੋ ਗਿਆ ਸੀ ਮੌਕਾ ਨਹੀਂ ਲੱਗਿਆ ਸੀ ਕਿ ਆਏ ਹਾਂ ਦਰਸ਼ਨ ਕਰਨ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਹਮੇਸ਼ਾ ਲੱਗਦਾ ਅਤੇ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਵੀ ਪਰਮਾਤਮਾ ਹੀ ਬੁਲਾਉਂਦਾ ਜਦੋਂ ਉਹ ਬੁਲਾਉਂਦਾ ਉਦੋਂ ਹੀ ਆਉਂਦਾ ਬੰਦਾ ਕਾਫੀ ਵਧੀਆ ਪ੍ਰੋਜੈਕਟ ਦਿੱਤੇ ਨੇ ਇੰਡਸਟਰੀ ਨੂੰ ਆਉਣ ਵਾਲੇ ਪ੍ਰੋਜੈਕਟ ਵਾਸਤੇ ਕੀ ਪਲੈਨਿੰਗ ਹੈ ਜਿਹੜੇ ਤੁਹਾਡੇ ਫੈਨਸ ਸੁਣਨਾ ਚਾਹੁੰਦੇ ਨੇ ਦੇਖਣਾ ਚਾਹੁੰਦੇ ਨੇ ਕਿਹੜੇ ਪ੍ਰੋਜੈਕਟ ਆਉਣ ਵਾਲੇ ਨੇ ਮੁੰਡੇ ਅਸਲ ਦੋ ਤਿੰਨ ਫਿਲਮਾਂ ਨੇ ਜੀ ਹਿੰਦੀ 'ਚ ਉਹ ਆਉਣਗੀਆਂ ਅਤੇ ਪੰਜਾਬੀ ਦੀ ਸ਼ੂਟਿੰਗ ਸਟਾਰਟ ਹੋਊਗੀ ਛੇਤੀ ਹੋਪਫੁਲੀ ਫਿਟਨੈਸ ਦਾ ਰਾਜ ਕੀ ਆ ਹੁਣ ਤੱਕ ਐਂ ਪੂਰਾ ਇੱਕਦਮ ਆਪਣੇ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਫਿਟਨੈਸ ਦਾ ਕੋਈ ਰਾਜ ਨਹੀਂ ਮਿਹਨਤ ਕਰੀ ਦੀ ਹੈ ਦੈਟਸ ਇਟ ਨੌਜਵਾਨਾਂ ਨੂੰ ਕੀ ਅਪੀਲ ਕਰ ਦਿੱਤੀ ਕਿ ਅੱਜ ਕੱਲ੍ਹ ਦਾ ਜੇ ਗੱਲ ਕਰੀਏ ਤਾਂ ਨਸ਼ਾ ਕਰਕੇ ਬਹੁਤ ਬੜੇ ਗਰਕ ਹੋ ਚੁੱਕੇ ਨੇ ਨਸ਼ਿਆਂ ਦੇ ਵਿੱਚ ਨੌਜਵਾਨ ਜਾ ਚੁੱਕੇ ਆ ਉਹਨਾਂ ਨੂੰ ਕਿਵੇਂ ਕੱਢਿਆ ਜਾਵੇ ਕਿਉਂਕਿ ਬਾਕੀ ਸਭ ਜਗ੍ਹਾ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਤੁਹਾਡੇ ਨੂੰ ਤੁਹਾਨੂੰ ਦੇਖ ਕੇ ਵੀ ਕਈ ਕਰਦੇ ਨੇ ਆਪਣੇ ਆਪ ਨੂੰ ਤਿਆਰ ਕੀ ਅਪੀਲ ਕਰਦੇ ਹੋ ਨੌਜਵਾਨਾਂ ਨੂੰ ਮੈਂ ਹਮੇਸ਼ਾ ਇਹ ਕਹਿੰਦਾ ਜੀ ਲਾਈਫ ਜਿਹੜੀ ਹੈ ਨਾ ਜ਼ਿੰਦਗੀ ਉਹ ਸੌਖੀ ਨਹੀਂ ਕਿਸੇ ਲਈ ਵੀ ਸੌਖੀ ਨਹੀਂ ਹੁੰਦੀ
सो हार नहीं मननी चाहिए। जो तुसी सोचा हो भी मैं मेहनत करूँगा सारा कुछ करूँगा, मेहनत करो, मेहनत करोगे किसी ना किसी दिन कुछ ना कुछ जरूर होगा, किसी ना किसी मुकाम पर जरूर पहुँचोगे।